ਹਾਂ ਜੀ ਭਾਈ ਸਾਮਾਨ ਸਾਰਾ ਤਿਆਰ ਹੋ ਗਿਆ ਹਮਾਈਆਂ ਵੀ ਤਿਆਰ ਹੋ ਗਿਆ ਨਾਰ ਵੀ ਤਿਆਰ ਹੋ ਗਏ ਨੇ ਜਿਹੜਾ ਜਿਹੜਾ ਤੁਸੀਂ ਸਾਮਾਨ ਕਿਹਾ ਸੀ ਸਟਿਕਰਸ ਟੁਕਾ ਸਭ ਤਿਆਰ ਹੋ ਗਿਆ ਇਹ ਹੁਣ ਤੁਸੀਂ ਬੰਦਾ ਜਦੋਂ ਭੇਜਣਾ ਵਾ ਤੇ ਉਦੋਂ ਆ ਕੇ ਆਪੇ ਉਹਨੇ ਲੈ ਕੇ ਜਾਣਾ ਮਜੀਦ ਭਾਈ ਨਾਲ ਗੱਲ ਕਰ ਲੋ ਕਰੋ ਗੱਲ ਜੋ ਜੱਟਾਂ ਦਾ ਫੋਨ ਆਇਆ ਵਾਅਲੈਕੁਮ ਸਲਾਮ ਜੀ ਹਾਂਜੀ ਭਾਈ ਤਿਆਰ ਆ ਤੁਹਾਡਾ ਉਹ ਜੀ 10000 ਰੁਪਏ ਐਡਵਾਂਸ ਦੇ ਗਏ ਆ ਬਕਾਇਆ ਤੁਹਾਡੇ ਵੱਲ 22000 ਰੁਪਿਆ ਵਾ ਜੀ ਆ ਤੇ ਸਰ ਕਿਸੇ ਨੂੰ ਵੀ ਭੇਜ ਦਿਓ ਇੱਥੇ ਆਣ ਕੇ ਉਹ ਤੁਹਾਡੇ ਨਾਲ ਗੱਲ ਕਰਾ ਛੱਡਣ ਤੇ ਪੈਸੇ ਦੇ ਦੇਣ ਤੇ ਸਮਾਨ ਲੈ ਜਾਣ ਚੁੱਕੇ ਜੀ ਆਜੋ ਆਜੋ ਬਿਸਮਿਲ੍ਲਾ ਸਾਰ ਆਜੋ 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 ਹੁਣ ਲਗੇ ਬਸ ਦੋ ਬੰਦੇ ਐ ਜਿ ਬਹੁਤ ਸਾਰਾ ਰਾਸ਼ਨ ਲੈ ਕੇ ਆਣ ਆ ਬੰਦੇ ਦੋ ਕੀ ਭੇਜਿਓ ਤੇ ਨਾਲੇ ਗੱਡੀ ਗੁੱਡੀ ਭੇਜਿਓ ਕੋਈ ਆ ਮੋਟਰ ਮੋਟਰਸਾਈਕਲ ਨਾ ਦੇ ਕੇ ਭੇਜ ਦਿਓ ਜੇ ਰਾਹ ਰੂ ਦੇ ਵਿੱਚ ਕੋਈ ਫੜੇ ਫੁੜੇ ਗਿਆ ਤੇ ਜ਼ਿੰਮੇਵਾਰੀ ਸਾਡੀ ਨਹੀਂ ਉਹ ਪਾਜੀ ਹੈਗੀ ਆ ਚਲੋ ਠੀਕ ਆ ਭੇਜ ਦਿਓ ਭੇਜ ਦਿਓ ਅਸੀਂ ਇੱਥੇ ਹੀ ਆ ਜੀ ਭੇਜ ਦਿਓ ਕੀ ਆਨੇ ਆਹ ਕਹਿੰਦਾ ਜੀ ਮੈਂ ਭੇਜਦਾ ਮੁੰਡਾ ਮੈਂ ਕਹੇ ਜੀ ਮੁੰਡਾ ਛੁੰਡਾ ਭੇਜ ਦਿਓ ਹੂੰ ਤੇ ਕੋ ਗੱਡੀ ਛੱਡੀ ਭੇਜਿਓ ਕੋ ਮੋਟਰਸਾਈਕਲ ਨਾ ਦੇ ਕੇ ਭੇਜ ਦਿਓ ਕਿ ਜਿਹੜੇ ਨਾਲ ਰੱਖਣ ਤੇ ਮੁੜ ਕੇ ਫੜੇ ਗਏ ਹੁਣ ਤੇ ਮੁੜ ਕੇ ਤੁਸੀਂ ਸਾਨੂੰ ਕਹੋਗੇ ਕਿ ਜੀ ਆ ਗਈ ਹੋ ਗਿਆ ਉਹਦੀ ਫਿਰ ਜ਼ਿੰਮੇਵਾਰੀ ਸਾਡੀ ਬਿਸ਼ਰੀ ਪਾਰਟੀ ਨੇ ਕਿੱਡਾ ਪਰੇਸ਼ਾਨ ਕੀਤਾ ਸੀ ਉਹ ਨਾਲ ਫੰਡਰ ਜਲਾਏ ਉਤੋਂ ਉਹਨਾਂ ਨੇ ਨਸ਼ਾ ਨੂੰ ਸ਼ਾ ਪਤਨ ਕੀ ਕੀਤਾ ਐਸੀ ਇੱਥੇ ਵੱਖਰਾ ਡਰਾਮਾ ਲਾਈ ਰੱਖਿਆ ਉਹਨਾਂ ਨੂੰ ਦਫਾ ਕਰ ਕੀ ਹੋਇਆ ਤੂੰ ਮੇਰਾ ਭਰਾ ਵਾ ਅੱਲਾ ਦਾ ਹੁਕਮ ਅੱਲਾ ਦਾ ਹੁਕਮ ਭਰਾ ਨਾ ਮੇਰਾ ਹਾਂਜੀ ਰਾਤੀ ਮੈਨੂੰ ਖਾਬ ਆਈ ਇੱਕ ਬਾਬਾ ਜੀ ਆਏ ਨੇ ਮੇਰੀ ਖਾਬ ਚ ਅੱਛਾ ਮਸ਼ਵਰਾ ਤੇ ਬੜਾ ਚੰਗਾ ਦਿੱਤਾ ਹੀ ਵਾਹ ਵਾਹ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸਵੇਰੇ ਆਪਣੇ ਯਾਰ ਨਾਲ ਮਸ਼ਵਰਾ ਕਰਾਂਗਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਝਾੜੂਆਂ ਨਾਲ ਨੋਟ ਇਕੱਠੇ ਕਰਨੇ ਤੇ ਤੁਹਾਡੇ ਕੋਲ ਹੁਣੇ ਨਹੀਂ ਇੰਨਾ ਪੈਸਾ ਆ ਜਾਣਾ ਮੈਂ ਕਿਹਾ ਸਰਕਾਰ ਹੁਕਮ ਆਰਡਰ ਉਹਨਾਂ ਨੇ ਕਿਹਾ ਕਿ ਕਿਸੇ ਤਰੀਕੇ ਦੇ ਨਾਲ ਇਹ ਦੁਰਮਟ ਨੂੰ ਕਿਹੜਾ ਫੀਤਾ ਲੱਗ ਸਕਦਾ ਮੈਨੂੰ ਜਿਹੜਾ ਇਹ ਹਜ਼ਾਰ ਫੁੱਟ ਦੀ ਬੁਲੰਦੀ ਤੇ ਜਾ ਕੇ ਪਟੇ ਤੇ ਇਹਦੇ ਜਿੱਥੇ ਜਿੱਥੇ ਸਰਾਖ ਆ ਉਥੋਂ ਉਥੋਂ ਨਜ਼ਾਰੇ ਨਿਕਲਣ ਉਥੋਂ ਉਥੋਂ ਫੁੱਲ ਝੜੀਆਂ ਵਰਗੇ ਹੈ ਕੋਈ ਇੰਜ ਦੇ ਨਿਜ਼ਾਮ ਹੋਣ ਉਹਨਾਂ ਦੇ ਉੱਤੇ ਗੁਲਦਸਤੇ ਬਣ ਜਾਣ ਕੁਝ ਵੀ ਨਹੀਂ ਹੋਣਾ ਤੈਨੂੰ ਸਮਝ ਲੱਗੀ ਆ ਕਿ ਨਹੀਂ ਇੱਥੇ ਮੈਂ ਤੈਨੂੰ ਹਰ ਤਰ੍ਹਾਂ ਦਾ ਬਰੂਦ ਖਵਾ ਦੇਣਾ ਅਨਾਰ ਤੈਨੂੰ ਖਵਾ ਦੇਣੇ ਫੁੱਲ ਝੜੀਆਂ ਖਵਾ ਦੇਣੀਆਂ ਔਰ ਜਿਹੜੀਆਂ ਸਟਿੱਕਾਂ ਖਵਾ ਦੇਣੀਆਂ ਰੰਗ-ਬਰੰਗੇ ਹੈ ਉਹ ਤੈਨੂੰ ਮੈਂ ਖਵਾ ਕੇ ਮਟੀਰੀਅਲ ਸਾਰਾ ਬਰੂਦ ਇਕੱਠਾ ਕਰਕੇ ਖਾਣਾ ਤੂੰ ਤੇ ਫਿਰ ਤੇਰੇ ਕੰਨਾਂ ਚੋਂ ਇੱਕਵੇਂ ਤੇਰਾ ਨਾ ਪੈਰਾਸ਼ੂਟ ਬੰਨ੍ਹ ਦੇਣਾ ਤੂੰ ਇਹ ਨਹੀਂ ਰੋਲਾ ਹੋਣਾ ਕਿ ਉੱਤੇ ਤੇਰੇ ਕੋਲ ਜਦੋਂ ਸਾਰਾ ਮਟੀਰੀਅਲ ਮੁੱਕ ਜਾਵੇ ਤੂੰ ਥੱਲੇ ਡਿਗੇ ਉਸ ਟਾਈਮ ਤੂੰ ਜਿਹੜਾ ਹੈ ਨਾ ਪੈਰਾਸ਼ੂਟ ਦਾ ਵਰਦਨ ਦਵਾਣਾ ਤੇ ਤੂੰ ਇੰਜ ਥੱਲੇ ਆਉਣਾ ਤੇ ਥੱਲਿਓ ਤਾੜੀਆਂ ਵੇਖੀ ਕਿੰਨੀਆਂ ਤੇ ਫਿਰ ਤੈਨੂੰ ਹਜ਼ਾਰ ਹਜ਼ਾਰ ਦੀ ਨਜ਼ਰ 5-5 ਹਜ਼ਾਰ ਦੀ ਨਜ਼ਰ ਜੇ ਤੂੰ ਨਜ਼ਰ ਆ ਗਿਆ ਤੇ ਮੈਂ ਕਹਿੰਦਾ ਪਾਜੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰੋ ਤੁਸੀਂ ਇਹ ਕਿਹੜੇ ਚੱਕਰਾਂ ਵਿੱਚ ਪਏ ਹੋਏ ਜੇ ਇਹ ਬਾਬੇ ਨੇ ਕਿਹੜਾ ਪੁੱਠਾ ਜਿਹਾ ਮਸ਼ਫਰਾ ਦੇ ਦਿੱਤਾ ਜੀ ਉਤੋਂ ਮੈਂ ਜੀਂਦਾ ਰਹਾਂਗਾ ਤੇ ਥੱਲੇ ਆਉਂਗਾ ਨਾ ਬਾਬਾ ਜੀ ਦੇ ਬਾਰੇ ਕੋਈ ਗੱਲ ਨਾ ਕਰੀ ਉਹ ਬੇਸ਼ਮਾਰ ਕਰੋ ਇਹੋ ਜੇ ਬਾਬਾ ਜੀ ਤੇ 15 ਮੋਲ ਉਹ ਤੇਰੇ ਤੇ ਦਰ ਫੀਟੇ ਮੂੰ ਲੈ ਉਹ ਬਰੂਦ ਉਹ ਨਾਲੇ ਯਾਰ ਕਿਹੜਾ ਕੁਛ ਜਾਣਾ ਤੇਰਾ ਉਹਨਾਂ ਨੇ ਕਿਹਾ ਇਹਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਮੇਰਾ ਫਿਰ ਫਾਇਦਾ ਵੀ ਕੋਈ ਨਹੀਂ ਹੋਏਗਾ ਮੇਰਾ ਉੱਥੇ ਬਾਰਬੀਕਿਊ ਬਣ ਜਾਣਾ ਵਾ ਨਹੀਂ ਬੰਨਦਾ ਵਾਲੇਕੁਮ ਸਲਾਮ ਜੀ ਕਿ ਬੜਾ ਉੱਚੀ ਉੱਚੀ ਬੋਲਣ ਨੇ ਜੀ ਉਹ ਬਸ ਜੀ ਇਹ ਰਾਤ ਹੀ ਇੱਕ ਮੇਰੀ ਖਾਬ ਚ ਬਾਬਾ ਜੀ ਆਏ ਨੇ ਅੱਛਾ ਉਹਨਾਂ ਨੇ ਕਿਹਾ ਮੱਖੀ ਖਾਂ ਹਾਂ ਆ ਕੀ ਤੂੰ ਇੱਥੇ ਪੁੰਜੇ ਰੱਖ ਕੇ ਤੇ ਅਸ਼ੁਰਲੀਆਂ ਪਟਾਕੇ ਕਰੀ ਜਾ ਰਿਹਾ ਹਾਂ ਉਹਨੇ ਕਿਹਾ ਤੇਰੇ ਕੋਲ ਬੰਬ ਆ ਹਾਂ ਹੈ ਹਾਂ ਇਹਦੇ ਅੰਦਰ ਬਰੂਦ ਨੂੰ ਖਵਾ ਹਾਂ ਹਰ ਤਰ੍ਹਾਂ ਦਾ ਹਾਂ ਤੇ ਇਹਨੂੰ ਛੱਡ ਦੇ ਤਾਂ ਹਾਂ ਇਹ ਤਾਂ ਜਾਵੇ ਹਾਂ ਤੇ ਇੰਜ ਕਰਕੇ ਮਾਚਸ ਨਾਲ ਆਪਣੇ ਫੀਤੇ ਨੂੰ ਅੱਗ ਲਾਵੇ ਹਾਂ ਉੱਥੇ ਫਿਰ ਇਹਦੇ ਵਿੱਚੋਂ ਨਜ਼ਾਰੇ ਨਿਕਲਣ ਓਏ ਹੋਏ ਹੋਏ ਇਹ ਵਰਲਡ ਰਿਕਾਰਡ ਪੈਰਾ ਸ਼ੂਟ ਉਹਨਾਂ ਨੇ ਕਹਿ ਇਹਦੇ ਨਾਲ ਬੰਨਦੇ ਸਭ ਤੋਂ ਅੱਛੀ ਗੱਲ ਇਹ ਆ ਕਿ ਸਿਰਫ ਉੱਥੇ ਨੇਰੇ ਦੇ ਵਿੱਚ ਸ਼ੁਰਲੀਆਂ ਨਜ਼ਰ ਆਉਣੀਆਂ ਤੂੰ ਤਾਂ ਨਜ਼ਰ ਹੀ ਨਹੀਂ ਆਉਣਾ ਨਜ਼ਰ ਹੀ ਨਹੀਂ ਆਉਣਾ ਇਹ ਤਾਰੀਖ ਦੇ ਵਿੱਚ ਲਿਖਿਆ ਜਾਣਾ ਕਿ ਇੱਕ ਬੰਦੇ ਨੇ ਲੋਕ ਤੇ ਥੱਲੇ ਬਹਿ ਕੇ ਜਿਹੜੇ ਆਤਸ਼ਬਾਜ਼ ਨੇ ਉਹ ਤੀਲੀਆਂ ਲਾ ਲਾ ਕੇ ਪੁੱਤੇ ਸ਼ੁਰੀਆਂ ਭੇਜਦੇ ਆਹੋ ਐਂਜ ਲਾਉਂਦੇ ਜਿਵੇਂ ਬੰਬ ਉਹਨਾਂ ਨੂੰ ਨਰਾਜ਼ ਆ ਉਹ ਐਨੂੰ ਕਰਕੇ ਤੇ ਲੇਕਿਨ ਇੱਕ ਬੰਦੇ ਨੇ ਆਪ ਜਾ ਕੇ ਉੱਤੇ ਆਤਸ਼ਬਾਜ਼ੀ ਕੀਤੀ ਆਪ ਲਾਉਣੀ ਅੱਗ ਲੇਕਿਨ ਯਾਰ ਅਗਰ ਬੰਦਾ ਡਿੱਗ ਪਿਆ ਉਤੋਂ ਉਹ ਭਾਜੀ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਨਾਲ ਪੈਰਾਸ਼ੂਟ ਬੰਨ ਹਾਂ ਪੈਰਾਸ਼ੂਟ ਤਿੰਨ ਚਾਰ ਬੰਨੀ ਹੋਣੀ ਹੈ ਕਿਉਂਕਿ ਇੱਕ ਪੈਰਾਸ਼ੂਟ ਦਾ ਕੰਮ ਨਹੀਂ ਹੈਗਾ ਉਹ ਫਿਰ ਚਾਰ ਹੀ ਬੰਨਣੇ ਪੈਣੇ ਇੱਕ ਕੈਸ ਮੋਡੇ ਨਾਲ ਇੱਕ ਕੋਸ ਮੋਡੇ ਨਾਲ ਇੱਕ ਕੈਸ ਗੋਡੇ ਨਾਲ ਇੱਕ ਕੈਸ ਗੋਡੇ ਇਹ ਆ ਕੇ ਫਿਰ ਐਂ ਸਿੱਧਾ ਆਏਗਾ ਥੱਲੇ ਓਏ ਹੋਏ ਲੋਕਾਂ ਨੇ ਭਾਜੀ ਨਜ਼ਾਰੇ ਹੋਣੇ ਕਿ ਨਹੀਂ ਜਿਹੜੇ ਲੋਕ ਹਾਂਜੀ ਇਨਾਮ ਕਿੰਨਾ ਹੋਣਾ ਇਹਨੂੰ ਇੱਥੇ ਸਾਈਕਲ ਚੈਂਪੀਅਨ ਜਿਹੜੇ ਆ ਹਾਂਜੀ ਉਹ ਐਵੇਂ ਇਕੱਲਤ ਤਾਂ ਕਰਕੇ ਆਖਣਾ ਰੁਪਈਆ ਚੱਕ ਲੈਂਦੇ ਉਹਨਾਂ ਨੂੰ ਕਿੰਨੇ ਪੈਸੇ ਹੁੰਦੇ ਤੇ ਤੂੰ ਤੇ ਕਰਨਾ ਵਰਲਡ ਦਾ ਕੰਮ ਭਾਈ ਜਾਨ ਆ ਹੁਣ ਤੁਸੀਂ ਦੇਖਿਆ ਨਹੀਂ ਅਰਸ਼ਦ ਨਦੀਮ ਉਹ ਵੀ ਦੇਖ ਲਓ ਵਿਚਾਰਾ ਮਤਲਬ ਮੀਆਂ ਚੰਨੂ ਦਾ ਮੁੰਡਾ ਮੀਆਂ ਚੰਨੂ ਦਾ ਭਾਜੀ ਮੁੰਡਾ ਤੇ 40 ਸਾਲਾਂ ਬਾਅਦ ਪਾਕਿਸਤਾਨ ਨੂੰ ਉਹਨੇ ਖੁਸ਼ਖਬਰੀ ਦਿੱਤੀ ਹਾਏ 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 ਸ਼ੁਕਰ ਸ਼ੁਕਰ ਅਸੀਂ ਰੋਂਦੇ ਰਹੇ ਨੇ ਕਦੀ ਬਿੱਲਾਂ ਨੂੰ ਕਦੀ ਮਹਿੰਗਾਈ ਨੂੰ ਗੁਜ਼ਾਰੇ ਹੁੰਦੇ ਨਹੀਂ ਬੜੇ ਚਿਰਾਂ ਬਾਅਦ ਇੱਕ ਠੰਡੀ ਹਵਾ ਦਾ ਝੌਂਕਾ ਆਇਆ ਉਸ ਬੱਚੇ ਤੇ ਅੱਲਾ ਪਾਕ ਨੇ ਰਹਿਮਤ ਕੀਤੀ ਹੈ ਰਹਿਮਤ ਅੱਲਾ ਪਾਕ ਨੇ ਕੀਤੀ ਹੈ ਕਿ ਉਹਨੇ ਵਿਚਾਰੇ ਨੇ ਮਿਹਨਤ ਹੀ ਇੰਨੀ ਕੀਤੀ ਮਿਹਨਤ ਹੀ ਇੰਨੀ ਕੀਤੀ ਪਿਛਲੇ ਸਾਲ ਤੁਸੀਂ ਇਹ ਦੇਖੋ ਕਿ ਇੱਕ ਜਿਹੜਾ ਇੰਟਰਵਿਊ ਲੈਣ ਵਾਲਾ ਕੋ ਗਿਆ ਤੇ ਉਹਦੇ ਬੂਟ ਨਾ ਇਥੋਂ ਪਾਟੇ ਹੋਏ ਸੀਗੇ। ਓਹੋ ਹੋਏ ਹੋਏ। ਉਹ ਭਾਜੀ ਅਰਸ਼ਦ ਨਦੀਮ ਦੇ। ਹਾਂਜੀ 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 ਇਹ ਮਤਲਬ ਕਿ ਤੇ ਦੂਸਰਾ ਮੀਆਂ ਚੰਨੂ ਦੇ ਜਿਹੜੇ ਲੋਕ ਨੇ ਮੀਆਂ ਚੰਨੂ ਦੇ ਲੋਕਾਂ ਨੇ ਉਹਦੀ ਸਪੋਰਟ ਹੀ ਬੜੀ ਕੀਤੀ ਹੈ। ਵਾਹ ਵਾਹ ਵਾਹ। ਬਣਦੀ ਆ ਭਾਜੀ ਬਣਦੀ ਆਂਦੀ ਸਪੋਰਟ। ਤੇ ਇਥੇ ਹੀ ਹਿਸਾਬ ਲਾ ਲੈ ਤੇਰੀ ਸਪੋਰਟ ਕਿੰਨੀ ਹਣੀ ਹੈ? 4 ਪੈਰਾਸ਼ੂਟ। ਔਰ ਤੈਨੂੰ ਨੇਜ਼ਾ ਤੇ ਅਸੀਂ ਦੇ ਨਹੀਂ ਸਕਦੇ ਕਿ ਤੇਰਾ ਵਜ਼ਨ ਜ਼ਿਆਦਾ ਕਿਉਂਕਿ ਤੇਰੇ ਅਰਗੰਜ ਨੇਜ਼ਾ ਸਿੱਟੇ ਨੇਜ਼ਾ ਹਵਾ ਜਾਣ ਕੇ ਅੰਜ ਲੱਗ ਜੇ ਭਾਜੀ ਨਹੀਂ 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 ਉਹਨੇ ਭਾਈ ਮਿਹਨਤ ਕੀਤੀ ਆ ਤਾ ਉਹਨੂੰ ਕਰੋੜਾਂ ਰੁਪਏ ਇਨਾਮ ਹੋਣ ਡਿਆ ਹੁਣ ਤੇ ਫੇ ਭਾਜੀ ਹਿਸਾਬ ਲਾ ਲਓ ਇਹਨੂੰ ਕਿੰਨਾ ਨਾਮ ਹੋਣਾ ਕੋਈ ਫੈਕਟਰੀ ਜਿਹਦੀ ਆ ਸਾਬਣ ਦੀ ਉਧਰੋਂ ਸਾਬਣ ਆ ਰਿਆ ਸਰਫ ਵਾਲਿਆਂ ਲੋ ਸਰਫ ਆ ਰਿਆ ਉਹ ਬਰਤਨ ਕੂਚੀਆਂ ਵਾਲੀ ਉਧਰੋਂ ਕੂਚੀ ਆ ਰਹੀ ਹੈ ਲੋ ਜੀ ਤੁਹਾਡੀ ਗੱਲ ਵੱਡੀ ਹੁੰਦੀ ਹੈ ਹਾਂਜੀ ਪੰਜ ਝਾਵੇਂ ਆਹਾ ਮੇਰੇ ਵੱਲੋਂ ਗਿਫਟ ਹੋਣਗੇ ਲੋ ਜੀ ਓਏ 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 ਤੇਰੀ ਬੰਬਰੂ ਦੇ ਨਾਲ ਨਾਲ ਤੇਰੀ ਗਵਾਤੀ ਮੈਲ ਵੀ ਲੱਥ ਜਾਣੀ ਆ ਮੈਂ ਕਹਿੰਦਾ ਮੇਰੇ ਤੁਸੀਂ ਕਿਤੇ ਹੋ ਡਰਾਮਾ ਵਾਲਾ ਲਵਾ ਲੈ ਜੇ ਤੁਹਾਨੂੰ ਸਮਝ ਨਹੀਂ ਲੱਗਣ ਦੀ ਤੁਸੀਂ ਕੈਸੀ ਗੱਲ ਕਰਨ ਦਾ ਹੈ ਇੰਜ ਹੋਣਾ ਵਾ ਕਦੀ ਹੁੰਦਾ ਵਾ ਅਰਸ਼ਦ ਨਦੀਮ ਭਾਈ ਨੇ ਜਿਹੜਾ ਉਹ ਨੇਜ਼ਾ ਛੱਡ ਕੇ ਨਾਮ ਜਿੱਤਿਆ ਵਾ ਉਹ ਜੀਦਾ ਜਾਗਦਾ ਲਸੇ ਤੰਦਰੁਸਤੀ ਦੇ ਵਿੱਚ ਇੰਜੋਏ ਕਰ ਰਿਹਾ ਹੈ ਹੈ ਉਸ ਨਾਮ ਨੂੰ ਉਸ ਨਜ਼ਰ ਨਿਆਜ਼ਾ ਨੂੰ ਤੇ ਮੈਂ ਕਿੱਥੋਂ ਇੰਜੋਏ ਕਰਨਾ ਵਾ ਮੈਨੂੰ ਤਾਂ ਮਰ ਜਾਣਾ ਮੈਂ ਥੱਲੇ ਉਤਰ ਕਿਉਂ ਮੈਨੂੰ ਪੁੱਛੋ ਮੈਨੂੰ ਕਿਦਾਂ ਬਰਦਾਸ਼ਤ ਕਰਨਾ ਭਾਜੀ ਹਾਂ ਏ ਦੇ ਭਰਾ ਨੇ ਸਕੇ ਭਰਾ ਨੇ ਹਾਂ ਇਹਨੂੰ ਇੰਗਲੈਂਡ ਸੱਦ ਲਿਆ ਇੰਗਲੈਂਡ ਇੰਗਲੈਂਡ ਇੰਗਲੈਂਡੋਂ ਆਣ ਕੇ ਐ ਉੱਥੋਂ ਆ ਜਿਹੜਾ ਨਾ ਪ੍ਰੋਸੀਜਰ ਸਿੱਖ ਕੇ ਆਇਆ ਹੈ ਅੱਛਾ ਆਤਿਸ਼ਬਾਜ਼ੀ ਵਾਲਾ ਆਤਿਸ਼ਬਾਜ਼ੀ ਵਾਲਾ ਹਾਂ ਇੰਗਲੈਂਡ ਦੇ ਭਰਾ ਨੇ ਸੱਦ ਲਿਆ ਹਾਂ ਉੱਥੇ ਮਹੀਨਾ ਗਰਿਆ ਹਾਂ ਉਸ ਤੋਂ ਬਾਅਦ ਇਹ ਬਿਮਾਰ ਹਾਂ ਭਾਜੀ ਇੰਗਲੈਂਡ ਦੇ ਡਾਕਟਰ ਹਾਂ ਜਰਮਨ ਦੇ ਡਾਕਟਰ ਹਾਂ ਯੂਕੇ ਦੇ ਡਾਕਟਰ ਹਾਂ ਉਹ ਇਹਦੇ ਸਿਰ ਤੇ ਇੰਜ ਸੀਗੇ ਕਿ ਜਿਵੇਂ ਪਤਾ ਨਹੀਂ ਕੀ ਹੋ ਗਿਆ ਇਹਦੇ ਭਰਾ ਨੇ ਡਾਕਟਰਾਂ ਦੀ ਛਾ ਕਰ ਦਿੱਤੀ ਉਹਨਾਂ ਨੇ ਕਿ ਮੇਰਾ ਭਰਾ ਸਹੀ ਹੋਣਾ ਚਾਹੀਦਾ ਮਸਲਾ ਕੀ ਸੀ ਭਾਜੀ ਉਹਨਾਂ ਨੇ ਉਹ ਇਹ ਅਸਲ ਦੇ ਵਿੱਚ ਉਥੇ ਜਾ ਕੇ ਦਾ ਦਿਮਾਗ ਜਿਹੜਾ ਬੰਦ ਹੋ ਗਿਆ ਸਾਹ ਨਹੀਂ ਆ ਰਿਹਾ ਸਾਹ ਹੀ ਨਹੀਂ ਆ ਰਿਹਾ ਅੱਛਾ ਇਹਦਾ ਦਿਮਾਗ ਬੰਦ ਹੋ ਗਿਆ ਉਹਨੇ ਮਹਿੰਗੇ ਤੋਂ ਮਹਿੰਗਾ ਟੀਕਾ ਇਹਨੂੰ ਲਵਾਤਾ ਹਾਂ ਲੇਕਿਨ ਨਹੀਂ ਹਾਂ ਉਹ ਮੈਨੂੰ ਇਹਦੇ ਭਰਾ ਨੇ ਫੋਨ ਕੀਤਾ ਮੇਰਾ ਬਚਪਨ ਦਾ ਯਾਰ ਵੀ ਇਹਦਾ ਹਾਂ ਹਾਂ ਇਹਦੇ ਭਾਈ ਨੇ ਕੀਤਾ ਫੋਨ ਮੈਨੂੰ ਉਹਨੇ ਕਹਿਆ ਯਾਰ ਇੱਥੇ ਦੁਰਮਟ ਬਿਮਾਰ ਹੋ ਗਿਆ ਹਾਂ ਉੱਥੇ ਦੇ ਫਿਰ ਮੇਰੀ ਡਾਕਟਰਾਂ ਨਾਲ ਗੱਲ ਕਰਾਈ ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਡੇਡੇ ਨਾਂ ਨੇ ਹਾਂ ਤੁਹਾਡੇ ਚੋਂ ਤੇ ਗੈਰ ਦੁਨੀਆ ਦੇ ਵਿੱਚੋਂ ਲੋਕ ਇੱਥੇ ਜਾਂਦੇ ਨੇ ਕਿਸੇ ਨੂੰ ਜਗਰਦ ਦਾ ਮਸਲਾ ਕਿਸੇ ਨੂੰ ਕੋਈ ਮਸਲਾ ਕਿਸੇ ਨੂੰ ਕੋਈ ਜਿਹੜਾ ਇੱਥੋਂ ਠੀਕ ਨਹੀਂ ਹੁੰਦਾ ਤੁਹਾਡੇ ਕੋਲ ਆਉਂਦਾ ਇਹ ਕਿਉਂ ਨਹੀਂ ਹੋ ਰਿਹਾ ਉਹਨੇ ਕਿਹਾ ਜੀ ਅਸੀਂ ਹਰ ਤਜਰਬਾ ਕਰਕੇ ਵੇਖ ਲਿਆ ਫੇਲ ਆ ਹਾਂ ਫਿਰ ਮੈਂ ਕਿਹਾ ਦੀ ਵਾਪਸੀ ਦੀ ਟਿਕਟ ਕਰਾ ਦਿਓ ਕੋਈ ਹੱਲ ਸੀ ਆਪਣੇ ਕੋਲ ਹੱਲ ਭਾਜੀ ਇੰਜ ਦਾ ਹਾਂ ਇਹ ਹੱਲ ਮੈਂ ਕੀਤਾ ਵਾ ਤੇ ਅੱਜ ਤੁਹਾਨੂੰ ਨਜ਼ਰ ਆਉਣ ਡਿਆ ਕੀ ਹੱਲ ਕੀਤਾ ਹੱਲ ਵੀਰੇ ਇਹ ਕੀਤਾ ਮੈਂ ਇਹਨੂੰ ਬੁਲਾ ਲਿਆ ਪਾਕਿਸਤਾਨ ਹਾਂ ਇਨੂੰ ਮੈਂ ਲੈ ਗਿਆ ਫਿਰ ਗੰਦੇ ਨਾਲੇ ਤੇ ਉਹ ਗਲਾਮਾਬਾਦ ਦਾ ਨਹੀਂ ਗੰਦਾ ਨਾਲਾ ਵੱਡਾ ਲੰਘਦਾ 에어ਪੋਰਟ ਤੋਂ ਉਤਰਦੇ ਉਹ 에어ਪੋਰਟ ਤੋਂ ਉਤਰਦੇ ਆ ਇਹਨੂੰ ਮੈਂ ਫਿਰ ਪਲਲ ਗਿਆ ਕਾਦੇ ਚ ਕੋ ਗੱਡੀ ਨਹੀਂ ਕਰਾਈ ਕੋ ਰੱਖਸ਼ਾ ਨਹੀਂ ਕਰਾਇਆ ਕੋਈ ਮੋਟਰਸਾਈਕਲ ਨਹੀਂ ਕਰਾਈ ਹਾਂ ਮੁਰਗੀਆਂ ਵਾਲੀ ਗੱਡੀ ਬੁਲਾਈ ਜਿਹੜੀ ਜਿੱਚ ਮੁਰਗੀਆਂ ਜਾਂਦੀਆਂ ਮੁਰਗੀਆਂ ਜਾਂਦੀਆਂ ਹਾਂ ਓ ਮੁਰਗੀਆਂ ਵਾਲੀ ਗੱਡੀ ਦੇ ਵਿੱਚ ਮੈਂ ਦੀ ਇੱਕ ਲਹਦਾ ਪਿੱਛੇ ਸੀਟ ਲਵਾਈ ਆ ਉਹ ਫਿਰ ਜਿਹੜੀ ਹਵਾ ਪੈਂਦੀ ਸੀ ਇਹਨੂੰ ਪੈਂਦੀ ਸੀ ਉਹ ਕੁਛ ਬਿੱਠਾ ਕੈਚ ਹੁੰਦੀਆਂ ਰਹੀਆਂ ਉਹਨਾਂ ਦੀ ਸਮੈਲ ਇਹਨੂੰ ਆਉਂਦੀ ਰਹੀ ਫਿਰ ਇਹ ਵੱਡੇ ਨਾਲੇ ਤੇ ਜਾ ਕੇ ਇਹਨੂੰ ਮੈਂ ਕਿਹਾ ਇੱਥੇ ਖਲੋ ਜਾ ਹਾਂ ਨਾਲੇ ਦੇ ਵਿੱਚ ਜਿੱਥੇ ਇਹਨਾਂ ਦਾ ਪਾਣੀ ਸੀ ਮੈਂ ਕਿਹਾ ਇੱਥੇ ਥੱਲੇ ਮੂੰਹ ਕਰਕੇ ਜਿਵੇਂ ਭਾਫ਼ ਨਹੀਂ ਲਈਦੀ ਮੈਂ ਕਿਹਾ ਇੱਥੇ 6-7 ਘੰਟੇ ਖਿੱਚ-ਖਿੱਚ ਕੇ ਸਾਹ ਲੈ ਹਾਂ ਇਹਨੇ 6-7 ਘੰਟੇ ਖਿੱਚ-ਖਿੱਚ ਕੇ ਸਾਹ ਲੈ ਲੇ ਫਿਰ ਇਹਦੇ ਸਾਹ ਮੁੜੇ ਨੇ ਅੱਲਾ ਪਾਕ ਦਾ ਸ਼ੁਕਰ ਆ ਅੱਲਾ ਪਾਕ ਨੇ ਸ਼ਫਾ ਦਿੱਤੀ ਤੁਹਾਨੂੰ ਉਹਨਾਂ ਨੇ ਫਿਰ ਇਹਦੇ ਭਰਾ ਨੂੰ ਕਿਹਾ ਬੰਦਾ ਮਲਾ ਜਿਹਨੇ ਇਹਨੂੰ ਬੁਲਾਇਆ ਸੀ ਮੈਂ ਫਿਰ ਵੀਡੀਓ ਕਾਲ ਤੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਗੱਲ ਕਰਾਈ ਮੈਂ ਕਿਹਾ ਭਾਈ ਇਹਨੂੰ ਚਾਹੀਦੀ ਸੀ ਉਹ ਹਾਂ ਉਹ ਇਹਨੂੰ ਮੈਂ ਨਾਲੇ ਤੇ ਲਿਆ ਕੇ 6-7 ਘੰਟੇ ਉੱਥੇ ਸੁੰਗੀਏ ਨੇ ਇਹ ਠੀਕ ਹੋ ਗਿਆ ਆਏ ਕਿੱਧਰ ਆ ਤੁਸੀਂ ਤੁਸੀਂ ਠਹਿਰ ਜਾਈ ਕੋਈ ਹੋਰ ਵੀ ਸ਼ਹਿਰ ਵੇਖ ਲੈ ਕੋਈ ਨਾਲੀ ਨੁਲੀ ਰਹਿ ਗਈ ਹੋ ਗਲੀ ਮਹੱਲੇ ਦੀ ਪਾਲਾ ਮੇਰਾ ਭਰਾ ਯਾਦ ਆਉਂਦੀਆਂ ਰਹੀਆਂ ਤੇ ਪਾਉਂ ਜਿਹੜਾ ਸੜਕ ਤੇ ਵੱਡਾ ਨਾਲ ਹੈ ਮੈਂ ਕਿਹਾ ਜਿਹਨ ਚ ਆਉਂਦੀਆਂ ਰਹੀਆਂ ਤੇਰੇ ਨਾਲ ਥੋੜਾ ਬਚਪਨ ਗੁਜ਼ਰਿਆ ਮੈਂ ਆਇਆ ਜੀ ਮਾਸ਼ਾਅੱਲਾ ਮਾਸ਼ਾਅੱਲਾ ਇੱਥੇ ਵਿਆਹ ਤੇ ਆਏ ਆ ਜੀ ਅੱਛਾ ਜੀ ਰਾਤੀ ਪਹੁੰਚੇ ਆ ਹਾਂ ਅੱਜ ਰਾਤ ਨੂੰ ਹੈਗੀ ਮਹਿੰਦੀ ਜੀ ਅੱਛਾ 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 ਤੇ ਇਹ ਹੈ ਕਿ ਇਹ ਆਪਣੇ ਕਜ਼ਨ ਨੇ ਜਿੱਥੇ ਵਿਆਹ ਤੇ ਆਏ ਜੀ ਇਹ ਬਲਕੇ ਤੁਹਾਡੇ ਤੇ ਵਜ਼ਨ ਨੇ ਹਾਂਜੀ 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 ਸਮਝ ਲੱਗੀ ਹੈ ਕਿ ਹਾਂਜੀ ਇਹ ਭਾਰੇ ਫਿਰ ਕਜ਼ਨ ਹੀ ਕਜ਼ਨਾਂ ਦੇ ਚੁੱਕਦੇ ਆ ਹਾਂਜੀ ਹਾਂ ਇਹ ਜਦੋਂ ਮੇਰਾ ਵਿਆਹ ਹੋਇਆ ਨਾ ਜੀ ਹਾਂਜੀ ਇਹਨਾਂ ਨੇ ਉੱਥੇ ਜਨਾਬ ਸਾਡੇ ਬਾਵਲਪੁਰ ਜਾ ਕੇ 5 ਲੱਖ ਰੁਪਏ ਦੀਆਂ ਛੁਰਲੀਆਂ ਚਲਾਈਆਂ بلے بلے واہ واہ بلے 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 واہ بھائی واہ 5 لاکھ روپے دی او یار تھی میں کہیا ਹੁਣ ਇਹ ਹੈ ਕਿ ਜੇ ਮੇਰੇ ਕਜ਼ਨਾ ਨੇ ਮੇਰੇ ਵਿਆਹ ਤੇ 5 ਲੱਖ ਰੁਪਏ ਲਾਇਆ ਸੀ ਤੇ ਦੱਸੋ ਮੇਰਾ ਹੁਣ ਬੰਦੇ ਨਾਲ ਕੋਈ 500 ਨੀਂਦਾ ਪਾ ਦੇਵੇ ਹਾਂ ਤੇ ਬੰਦਾ ਕਿੰਨਾ ਪਾਉਂਦਾ ਤੇ ਸ਼ਰਮੋ ਸ਼ਰਮੀ ਭਰਾਵਾ 1000 ਪਾਉਣਾ ਹੀ ਪੈਂਦਾ ਜੇ ਘੱਟ ਤੋਂ ਘੱਟ ਵੀ ਪਾਈਏ ਠੀਕ ਹੋ ਗਿਆ ਜੀ ਬੰਦਾ ਡਬਲ ਕਰ ਦਿੰਦਾ ਡਬਲ ਕਰਦਾ ਹੁਣ ਉਹਨਾਂ ਨੇ ਜਦੋਂ 5 ਲੱਖ ਦੀਆਂ ਸ਼ੁਰਲੀਆਂ ਚਲਾਈਆਂ ਹਾਂ ਤੇ ਮੈਂ ਕਿੰਨੇ ਦੀਆਂ ਸਲਾਵਾਗਾ ਤੁਹਾਡਾ ਕੰਮ ਆ 10 ਲੱਖ ਦੀ ਚਲਾਉਣੀ 10 ਲੱਖ ਦੀ ਕੱਢ ਲਓ ਘੱਟ 8 ਲੱਖ ਤਾਂ ਹੋਣਾ ਚਾਹੀਦਾ 10 ਤੋਂ ਉਹ 10 ਤੋਂ 11 ਹੋਣਾ ਚਾਹੀਦਾ ਜਦੋਂ ਸ਼ਰੀਕੇ ਚ ਵਸੀਏ ਅਸੀਂ ਗੱਲਾਂ ਸੁਣਨੀਆਂ ਕਿਸੇ ਡਰ ਰਹੀਏ ਤੇ ਉੱਤੋਂ ਅਸੀਂਏ ਉਹਨੂੰ ਨਹੀਂ ਮਹਿਸੂਸ ਹੋਣ ਦੇਣਾ ਕਿ ਅਸੀਂ ਕੀ ਆ ਐਵੇਂ ਤੇ ਨਹੀਂ ਹੁਣ 8 ਲੱਖ ਰੁਪਏ ਮੈਂ ਜੇਬ ਚ ਪਾ ਕੇ ਆਇਆ ਆ ਦੇਖੋ ਮਾਸ਼ਾਅੱਲਾ 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 ਭਾਜੀ ਖਾਣਾ ਕੀ ਹੈ ਨਹੀਂ ਨਹੀਂ ਮਿਹਰਬਾਨੀ ਨਹੀਂ ਬਿਨਾਂ ਤਕਲਫ ਮਿਹਰਬਾਨੀ ਮਿਹਰਬਾਨੀ ਰੋਟੀ ਪਾਣੀ ਚਾਹ ਉਰਾ ਪਰਾ ਕਿਸੇ ਸ਼ਹਿਰ ਨੂੰ ਦਿਲ ਕਰਦਾ ਦੱਸੋ ਉਧਰ ਮੂੰਹ ਕਰਕੇ ਗੱਲ ਕਰੀ ਜਾ ਦੌੜ ਨਾ ਜਾਵੇ ਬੰਦਾ ਕਿਉਂ ਬਾਬਾ ਤੈਨੂੰ ਲੱਖ ਲੱਖ ਰੁਪਈਆ ਜੇ ਤੇ ਮੈਂ ਤਾਂ ਹੀ ਤਾਂ ਪੁੱਛਣ ਦਿਆ ਵੀ ਖਾਣਾ ਪੀਣਾ ਉਧਰ ਮੂੰਹ ਕਰਕੇ ਅੱਛਾ ਖਾਣਾ ਪੀਣਾ ਕੀ ਉਹ ਇਹ ਹੈ ਕਿ ਤੁਸੀਂ ਇਹ ਮਹਿੰਦੀ ਦੀ ਰਾਤ ਨੂੰ ਠੀਕ ਹੈ ਵਲੀਮੇ ਤੇ ਜਿਹਲੇ ਸਲਾਮ ਸਲੂਮ ਮਸੀਤੇ ਕਰਾਉਣ ਜਾਣਾ ਹੈ ਸੇਰਾ ਬੰਦੀ ਹੋਣੀ ਜਦੋਂ ਵਿਆਹ ਜਾਣਾ ਮੁੰਡੇ ਨੂੰ ਹਾਂਜੀ ਉਦੋਂ ਵੀ ਤੇ ਉਸ ਤੋਂ ਬਾਅਦ ਬਲੀਮੇ ਤੇ ਵੀ ਤੇ ਅਗਲਿਆਂ ਦੇ ਘਰ ਜਾ ਕੇ ਵੀ ਠੀਕ ਆ ਭਾਜੀ ਜਿੱਲੇ ਬਰਾਤ ਜਾਣੀ ਹੈ ਗੱਡੀ ਪਿੱਛੇ ਹੋਵੇ ਅੱਗੇ ਇੰਜ ਹੋਵੇ ਕਿ ਰੱਬ ਸੋਨੇ ਦਾ ਜਿਹੜਾ ਅਸਮਾਨ ਆ ਨਾ ਉਹਨੂੰ ਰੰਗਾ ਨਾ ਭਰ ਦੇ ਵਾ 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 ਫੇਰ ਇਸ ਵਾਰੀ ਇਹਨੂੰ ਅੱਗ ਲਾਉਣੀ ਪੈਣੀ ਉਹ ਗੱਲ ਵੀ ਸੁਣੀ ਤਾਂ ਮਾਹੌਲ ਹੀ ਕਰੀਦਾ ਹੁੰਦੇ 26 ਘੰਟੇ ਗੱਲ ਤਾਂ ਸੁਣ ਉਹ ਕਹਿੰਦੇ ਸਮਾਨ ਭਰਿਆ ਨਜ਼ਰ ਆਉਣਾ ਚਾਹੀਦਾ ਅੱਛਾ ਭਾਈ ਭਰਦਾ ਕਿ ਸਮਾਨ ਰੰਗ ਦਾ ਹਾਂਜੀ ਤੇ ਇਹ ਐ ਕਿ ਅੱਜ ਤਾਂ ਹੁਣ ਤੁਹਾਡੇ ਬੰਬ ਨੇ ਨਾ ਜੀ ਹੂੰ ਐ ਜਿਹੜਾ ਬੰਬ ਆ ਹੂੰ ਇਸ ਤੋਂ ਥੋੜਾ ਜਿਆਦਾ ਲੰਮਾ ਵੀ ਬਣਾਉਣਾ ਐ ਤੇ ਚੌੜਾ ਵੀ ਬਣਾਉਣਾ ਡਬਲ ਕਰ ਲਓ ਇਹਨੂੰ ਐ ਸਾਈਜ਼ ਵੇਖੋ ਨਾ ਵੱਡਾ ਇਹਨੂੰ ਚੌੜਾ ਕਰ ਦੇਣੇ ਇਹਨੂੰ ਚੌੜਾ ਕਰ ਦਿਓ ਐ ਸਾਈਜ਼ ਨੂੰ ਠੀਕ ਹੋ ਗਿਆ ਤੇ ਕਰਨਾ ਇਸ ਤਰ੍ਹਾਂ ਕਿ ਹਰ ਬੰਬ ਦੇ ਉੱਤੇ ਨਾ ਲਿਖ ਦੇਣਾ ਕਿ ਇਹ ਜੀ ਮਸੜ ਬੰਬ ਇੱਕ ਤੇ ਲਿਖ ਦੇਣਾ ਇਹ ਫੁੱਫੜ ਬੰਬ ਵੀਰੇ ਇੱਕ ਤੇ ਲਿਖ ਦੇਣਾ ਸਾਲਾ ਬੰਬ ਇੱਕ ਤੇ ਲਿਖ ਦੇਣਾ ਸੋਹਰਾ ਬੰਬ ਅੱਛਾ ਦੋਏ ਨਾਲ ਖਾਲਾ ਹਾਂਜੀ ਸਾਲਾ ਬੰਬ ਰਹਿਣ ਦੇ ਕਿਉਂ ਇਹ ਨਾ ਨਾ ਹੋਵੇ ਸੀ ਬੰਬ ਤੇ ਲਿਖੀਏ ਸਾਲਾ ਬੰਬ ਤੇ ਬੰਬ ਸਾਡੇ ਹੱਥੀ ਪੈ ਜਾਵੇ ਚੱਲ ਜਾਵੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਨਾ ਗਲਤ ਜਿਆ ਨਾ ਸਾਲਾ ਬੰਬ ਨਹੀਂ 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 ਕੁਛ ਨਹੀਂ ਹੁੰਦਾ ਵੀਰੇ ਤੂੰ ਬੰਬ ਉਹ ਇੰਗਲਿਸ਼ ਚ ਸਾਲੇ ਨੂੰ ਕੀ ਕਹਿੰਦੇ ਆ ਬਰਾਦਰਲਾ ਹਾਂਜੀ ਉਹ ਲਿਖ ਦਿਆਂਗੇ ਤੁਸੀਂ ਭਾਈ ਬੰਬ ਲੈਣ ਲਾਇ ਜੇ ਕਿ ਲੈਲਦੀ ਨਾਲੇ ਸੂਟ ਦੇਣੇ ਆ ਵੀ ਇਹ ਸਾਲੇ ਦਾ ਸੂਟ ਹੈ ਸਹੁਰੇ ਦਾ ਸੂਟ ਆ ਫੁੱਫੜ ਦਾ ਸੂਟ ਆ ਮਾਸੀ ਦਾ ਸੂਟ ਵੀਰੇ ਬੰਬਾ ਤੇ ਕੌਣ ਨਾਂ ਲਿਖਦਾ ਨਹੀਂ ਉਹ ਤੁਸੀਂ ਗੱਲ ਮੇਰੀ ਨਹੀਂ ਸਮਝੇ ਹਾਂ ਇਹ ਮੈਂ ਸਾਡਾ ਇਹ ਆ ਕਿ ਸਾਡੀ ਜੰਝ ਜਾਂਦੀ ਆ ਨਾ ਉਹਦੇ ਚ ਮਤਲਬ ਜਵਾਨ ਮੁੰਡਿਆਂ ਨੇ ਵੀ ਬਜ਼ੁਰਗਾ ਨੇ ਵੀ ਸਾਰਿਆਂ ਨੇ ਪਾਈਆਂ ਹੁੰਦੀਆਂ ਧੋਤੀਆਂ ਮੈਂ ਕੋਲ ਹੁਣਾ ਤੁਹਾਡੇ ਬਸ ਮੈਂ ਜਿੱਤੇ ਲਿਖਿਆ ਹੋਵੇ ਨਾ ਫੁੱਫੜ ਬੰਬ ਇਹ ਫੁੱਫੜ ਤੁਰੇ ਜਾਂਦਾ ਹੋਵੇ ਤੁਸੀਂ ਪਿੱਛੋਂ ਮੜੀ ਦੀ ਧੋਤੀ ਚੁੱਕ ਕੇ ਥੱਲੇ ਰੱਖ ਦੇਣਾ ਇੱਥੇ ਰੱਖ ਤੇ ਜੇ ਬੰਬ ਦਾ ਆਮਣਾ ਸਾਹਮਣਾ ਹੋ ਗਿਆ ਤੇ ਅਸੀਂ ਫਿਰ ਦੇਖ ਲਾਂਗੇ ਕਿਹੜਾ ਚੱਲਦਾ ਉਹ ਹੀ ਹਾਂ ਕਿ ਤੁਸੀਂ ਇੱਧਰ ਇੱਕ ਬੰਬ ਰਖਾਤਾ ਫੁੱਫੜ ਬੰਬ ਸਾਹਮਣੇ ਮਾਸੜ ਹੋਵੇ ਇੱਕ ਬੰਬ ਉੱਥੇ ਰੱਖ ਦਿੱਤਾ ਤੇ ਜੇ ਆਮਣਾ ਸਾਹਮਣਾ ਹੋ ਗਿਆ ਬੰਬਾਂ ਦਾ ਤੇ ਅਸੀਂ ਜੋ ਫੁੱਫੜ ਦੀ ਧੋਤੀ ਥੱਲੇ ਬੰਬ ਰੱਖੀਏ ਹਾਂ ਫੁੱਫੜ ਕੋਲੇ ਆਪਦਾ ਵੀ ਬੰਬ ਹੋਵੇ ਹਾਂਜੀ ਤੇ ਬੰਬ ਨਾਲ ਬੰਬ ਟਕਰਾ ਗਿਆ ਤਾਂ ਉਥੇ ਤਾਂ ਬਹੁਤ ਜ਼ਿਆਦਾ ਵੱਡਾ ਧਮਾਕਾ ਹੋ ਜਾਏਗਾ ਭਾਈ ਉਹ ਨਹੀਂ ਆਤਸ਼ਬਾਜ਼ੀ ਹੁਣ ਲੈ ਕੇ ਆਉਣੀ ਉਹਨਾਂ ਨੇ ਫੁੱਫੜ ਨੇ ਉਹ ਆਤਸ਼ਬਾਜ਼ੀ ਦਾ ਮੈਂ ਸਾਰਿਆਂ ਨੂੰ ਕਹਿ ਤਾ ਅੱਛਾ ਭਾਈ ਆਤਸ਼ਬਾਜ਼ੀ ਦੀ ਡਿਊਟੀ ਮੇਰੀ ਹੈ ਕਿਸੇ ਕੋ ਬੰਬ ਬੰਬ ਨਹੀਂ ਹੋਣਾ ਉਥੇ ਰਾਤ ਜੇ ਬੱਦਲ ਨਾ ਹੋਇਆ ਤੇ ਤਾਰੇ ਨਿਕਲਣਗੇ ਹੂੰ ਮਾਸੜ ਫੁੱਫੜ ਵੱਜਣਗੇ ਚੰਗਿਆੜੇ ਨਿਕਲਣਗੇ ਆ ਵਾ 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 ਠੀਕ ਹੈ ਨਾ ਜੀ ਤੇ ਇਹ ਬਿਸਮਿਲ੍ਲਾ ਕਰੋ ਕਿੰਨਾ ਐਡਵਾਂਸ ਤੁਹਾਡਾ ਤੁਸੀਂ ਥੋਤੀਆਂ ਦੇ ਵਿੱਚ ਬੰਬਰ ਰੱਖਣੇ ਤੁਸੀਂ ਨੇ ਭਾਈ ਨਾ ਅਸੀਂ ਸਿਰਫ ਬਣਾਉਨੇ ਆ ਤੇ ਇਥੋਂ ਆ ਕੇ ਸਾਡੇ ਕੋਲ ਲੋਕ ਖਰੀਦ ਕੇ ਤੇ ਲੈ ਜਾਂਦੇ ਨੇ ਦੇਖੋ ਜਿਲੇਬੰਦਾ ਕਹਿੰਦਾ ਹੈ ਨਾ ਇੱਕ ਖਾਣੇ ਵਾਲੇ ਨੂੰ ਅਸੀਂ ਹੁਣ ਵਿਆਹ ਤੇ ਕਿਹਾ ਹੈ ਉਹਨਾਂ ਨੇ ਖਾਣਾ ਪਕਾਉਣਾ ਵੀ ਆ ਵਰਤਾਉਣਾ ਵੀ ਆ ਭਾਂਡੇ ਵੀ ਧੋਣੇ ਨੇ ਸਭ ਕੁਝ ਕਰਨਾ ਇਹ ਉਹਨਾਂ ਦੀ ਡਿਊਟੀ ਆ ਅਸੀਂ ਇਹਨਾਂ ਨੂੰ ਪੈਸੇ ਦੇ ਦੇਣੇ ਆ ਅੱਛਾ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਪੈਸੇ ਦੇ ਦੇਣੇ ਆ ਮੈਂ ਤੁਹਾਨੂੰ ਜਿਹਦੇ ਜਿਹਦਾ ਇਸ਼ਾਰਾ ਕਰੀ ਜਾਣਾ ਤੁਸੀਂ ਉਹਦੀ ਉਹਦੀ ਥੋਤੀ ਚ ਰੱਖੀ ਜਾਣਾ ਬੰਬ। ਉਹ ਯਾਰ ਥੋਤੀ ਉਹਨਾਂ ਦੀ ਚ ਰੱਖੀ ਜਾਣਾ ਬੰਬ ਤੂੰ ਉਹਨਾਂ ਦੀ ਥੋਤੀ ਦੇ ਵਿੱਚ ਕੋ ਮਾਲ ਪਾਣੀ ਰਖਾ ਆਂ ਗੂ ਗੂ ਹੋਰ ਸ਼ੈ ਰਖਾ ਆਗੂ ਨਿਕਾਇ ਪੱਖਾ ਰਖਾ ਦੇ ਜਿੰਨੀ ਗਰਮੀ ਆ ਤੂੰ ਤੇ ਬੰਬ ਰਖਾਉਂਦੇ ਆ ਯਾਰ। ਜਿਹਦੀ ਥੋਤੀ ਦੇ ਵਿੱਚ ਹੁਣ ਬੰਬ ਰਖਣਾ ਤੇ ਉਹਨੇ ਸਾਡੇ ਕੀ ਰਖਣਾ? ਉਹਨੇ ਸਾਡੀ ਉਹਨੇ ਤੇ ਕੱਢ ਕੇ ਸਾਡੀ ਕਨਪੱਟੀ ਤੇ ਪਿਸਤੌਰ ਰਖਣਾ ਕਿ ਨਹੀਂ ਰਖਣਾ? ਨਹੀਂ ਉਹ ਦੇਖੋ ਬੰਦਾ ਕੰਮ ਕਰੇ ਤਾਂ ਕੋਈ ਨਵਾਂ ਕੰਮ ਕਰੇ ਨਾ ਫਿਰ। ਉਹ ਯਾਰ ਇਹ ਕਿਹੜਾ ਨਵਾਂ ਕੰਮ ਆ? ਅੱਲਾ ਦੇ ਬੰਦਿਆ ਇਹ ਕੌਣ ਕਰਦਾ ਵਾ ਤੇ ਨਾਲੇ ਅਸੀਂ ਬੰਬ ਬਣਾਉਣ ਆਲੇ ਰੱਖਣ ਆਲੇ ਨਹੀਂ ਇਹਦੇ ਨਾ ਦੇ ਬੰਦਿਆ ਤੇਰੇ ਕਜ਼ਨ ਨੇ ਉਹਨਾਂ ਨੇ ਤੇਰੇ ਜੇ ਅਗਰ ਵਿਆਹ ਦੇ ਉੱਤੇ 5 ਲੱਖ ਦੀ ਇਸਤਬਾਜ਼ੀ ਛੱਡੀ ਆ ਤੇ ਤੂੰ ਤੇ ਸਿੱਧਾ ਸਿੱਧਾ ਉਹ ਵੇਖ ਨਾ ਉਹਨਾਂ ਦਾ ਖਾਨਦਾਨ ਹੀ ਡਾਉਣ ਲੱਗਾ ਨਹੀਂ ਦੇਖੋ ਮੈਂ ਜਿੱਦਾਂ ਤੁਹਾਨੂੰ ਪਹਿਲੇ ਕਿਹਾ ਕਿ ਬੰਦੇ ਨੇ ਵਾਅਦਾ ਤਾਂ ਕਰਨਾ ਹੁੰਦਾ ਨਾ ਉਹ ਯਾਰ ਵਾਅਦਾ ਤੂੰ ਉਹਨਾਂ ਦੇ ਜੀ ਮਾਰ ਕੇ ਕਰਨਾ ਉਹ ਨਹੀਂ ਮਰ ਤਾ ਹੁਣ ਤੂੰ ਕਹਿਣ ਦੇ ਆ ਬੰਬ ਐਡਾ ਚੌੜਾ ਕਰ ਦਿਓ ਇਹ ਜਦੋਂ ਹੁਣ ਫੁੱਪੜ ਦੇ ਥੱਲੇ ਰੱਖਣਾ ਹਾਂ ਤੇ ਪੈਰਾਸ਼ੂਟ ਤੇ ਬੰਨਣਾ ਪੈਣਾ ਨਹੀਂ ਫੁੱਫੜਨੇ ਘੱਟ ਤੋਂ ਘੱਟ ਘੱਟ ਤੋਂ ਘੱਟ 677 6700 ਫੁੱਟ ਦੀ ਬਲੰਦੀ ਤੇ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਇਸ ਬੰਬ ਦੀ ਵਜ੍ਹਾ ਤੋਂ ਇਸ ਬੰਬ ਦੀ ਵਜ੍ਹਾ ਤੋਂ ਵਾਪਸ ਆ ਜਾਏਗਾ ਵਾਪਸ ਦਾ ਨਹੀਂ ਪਤਾ ਜੇ ਤੇ ਜਲਨ ਬਹੁਤੀ ਹੋਈ ਤੇ ਹੋਰ ਨਿਕਲ ਜਾਣਾ ਉਹਨੇ ਤਾਂ ਅੱਛਾ ਤੂੰ ਤਾਂ ਫੁੱਫੜ ਦਾ ਨਸੀਬ ਵੀ ਸਾੜੇਗਾ ਮੈਨੂੰ ਲੱਗਦੀ ਪਈ ਐਨਜੀਓ ਬਦਸੀ ਅੱਛਾ ਤੁਸੀਂ ਐਦਾਂ ਕਰੋ ਕਿ ਇਹਦੇ ਚ ਜਿਹੜਾ ਬਰੂਦ ਆ ਹਾਂਜੀ ਉਹ ਸੜਨ ਦਾ ਨਾਮ ਪਾਓ ਤੇ ਹਲਕਾ ਜਿਹਾ ਮਜ਼ੇ ਵਾਲਾ ਪਾ ਲਓ ਆਹਾ ਹਾ 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 ਕੀ ਵਿੱਚ ਤੇ ਫੇਰ ਆ ਤੇਰੇ ਹੱਥ ਹੀ ਪਾ ਦਿੰਨੇ ਐਂ ਜਨ ਕਰੀ ਜਾਈ ਐ ਮਤਲਬ ਕੁਤਕੁਤਾੜੀਆਂ ਟਾਈਪ ਅਸੀਂ ਕੁਤਕੁਤਾੜੀ ਬੰਬ ਕਿਹੜੇ ਬੰਬ ਹੁੰਦੇ ਨੇ ਯਾਰ ਅਸੀਂ ਬਰੂਦ ਵਿੱਚ ਕੈਚ-ਅਪ ਪਾ ਦਈਏ ਦਹੀਂ ਦੀ ਚਟਨੀ ਪਾ ਦਈਏ ਪੀਠੀ ਭਾ ਦੀ ਵੀ ਮਜ਼ੇਦਾਰ ਹੋ ਜਾਵੇ ਨਾਲੇ ਫੁੱਫੇ ਨੂੰ ਵੱਜੇ ਤੇ ਨਾਲੇ ਫੁੱਫਾ ਰੱਜੇ ਉਹ ਨਾਲੇ ਜਿਹੜੇ ਕੈਚਅਪ ਤੇ ਦਹੀਂ ਦੇ ਰਹਿਤੇ ਤੇ ਉਹਰੇ ਪੁਰੇ ਇਹਦਾ ਜ਼ੁਬਾਨ ਨਾਲ ਪਤਾ ਲੱਗਦਾ ਕਿਹੜੇ ਰੈਤੇ ਨੇ ਤੇ ਕਿਹੜੇ ਕੈਚਅਪ ਨੇ ਉਹ ਜਿੱਥੋਂ ਦੀ ਬੰਬ ਨਗਾਉਣ ਡਿਆ ਤਸਵੀਰ ਪਹੁੰਚ ਜਾਗੀ ਉਥੋਂ ਦੀ ਵੀ ਪਹੁੰਚ ਜਾਗੀ ਇਹ ਬੰਬ ਵੀਰੇ ਅਸੀਂ ਤੈਨੂੰ ਦੇ ਦੇਾਂਗੇ ਇਹ ਮੇਰਾ ਭਰਾ ਜ਼ਿੰਮੇਦਾਰੀ ਤੇਰੀ ਹੈ ਨਹੀਂ ਸਾਨੂੰ ਨਹੀਂ ਇਸ ਗੱਲ ਦਾ ਚਲਾਉਣ ਦਾ ਸਾਨੂੰ ਕੀ ਪਤਾ ਕਿਦਾਂ ਚਲਾਈ ਦੇ ਹਾਏ 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 ਤੈਨੂੰ ਇਹ ਚਲਾਉਣ ਦਾ ਪਤਾ ਵਾ ਕਿ ਫੁੱਫੜ ਬੰਬ ਮਾਸੜ ਬੰਬ ਹੈਂ ਸ਼ਵਾਰਾ ਬੰਬ ਤੇ ਲਗਾਰਾ ਬੰਬ ਤੇ ਜਵਾਰਾ ਬੰਬ ਇਹ ਇਹਨਾਂ ਦੇ ਬੰਬਾਂ ਦਾ ਤੈਨੂੰ ਪਤਾ ਤੇ ਤੈਨੂੰ ਇਹ ਨਹੀਂ ਪਤਾ ਰੱਖਣਾ ਕਦੀ ਕਦੀ ਤੋਤੀ ਨਸਲ ਇਹ ਹੈ ਕਿ ਜਿੱਲੇ ਜੰਝ ਜਾ ਕੇ ਬਵੇ ਨਾ ਹਾਏ 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 ਤੇ ਤੰਬੂ ਨਾ ਨਜ਼ਰ ਆਵੇ ਤੰਬੂ ਦੇ ਵਿੱਚੋਂ ਇੰਜ ਮੋਰੀਆਂ ਕਰਦੇ ਹੋ ਸ਼ੁਰਲੀਆਂ ਜਿਹੜੀਆਂ ਚਲਾ ਚਲਾ ਕੇ ਨਾ ਕਿ ਲੱਗ ਪਤਾ ਜਾਵੇ ਕਿ ਜਨ ਜਾਈ ਸੀ ਉੱਥੇ ਹੀ ਤੁਹਾਨੂੰ ਜਿਹੜੇ ਕੁੜੀ ਵਾਲੇ ਆ ਉਹ ਤੁਹਾਡੀ ਸ਼ਤਰੋਲ ਕਰਕੇ ਵਾਪਸ ਭੇਜ ਦੇਣ ਉਹ ਕਾ ਤਾ ਉਹ ਯਾਰ ਜੇ ਦੀ ਤੁਸੀਂ 2.5 ਲੱਖ ਦੀ ਕਨੋਪੀ ਸਾੜ ਦੇਣੀ ਆ ਉਹਨੇ ਤੁਹਾਨੂੰ ਰਹਿਣ ਦੇਣਾ ਉੱਥੇ ਉਹ ਯਾਰ ਚਾ ਨਹੀਂ ਪੂਰੇ ਕਰਨੇ ਅਸੀਂ ਆਪਣੇ ਉਹ ਚਾ ਪੂਰੇ ਕੀ ਅੱਗ ਲਾ ਕੇ ਕਰਨੇ ਆ ਤੂੰ ਫੁੱਫੜਾ ਦੀ ਤੋਤੀ ਥਲੇ ਬੰਬ ਰਹਾਉਣ ਡਿਆ ਤੂੰ ਕਿਹੜੇ ਮਿਸ਼ਨ ਤੇ ਆਇਆ ਵਾ ਉੱਥੇ ਮਾਮੇ ਲੱਭਦੇ ਹੁਣ ਫੁੱਫੜ ਲੱਭਦੇ ਹੁਣ ਕਿ ਮਿਲਣੀ ਕਰਨੀ ਆ ਉਹ ਜਾ ਕੇ ਡਾਕਟਰ ਨੂੰ ਆਪਣੇ ਸੀਨ ਵਿਖਾਉਂਦੇ ਹੁਣ ਹਾਏ ਹਾਏ ਦਾ ਖੌਫਕਾ ਉਹਨਾਂ ਨੇ ਜੇ ਤੇਰੇ ਵਿਆਹ ਤੇ 5 ਲੱਖ ਦੀ ਇਸਤਬਾਦੀ ਛੱਡੀ ਹੈ ਨਾ ਤੇ ਤੂੰ ਉਹਨਾਂ ਤੇ ਆ ਨਾ ਕੰਮ ਛੱਡ ਤੂੰ ਵੀ ਕੋਈ ਇਨਸਾਨ ਬਣ ਜੇ ਤੂੰ ਹੁਣ ਉਹਨਾਂ ਤੇ 10 ਲੱਖ ਖਰਚਣਾ ਤੇ ਤੂੰ ਉਹਨਾਂ ਦੀਆਂ ਧੋਤੀਆਂ ਤੇ ਉਹਨਾਂ ਦੇ ਥੱਲੇ ਸਾਂਨੇ ਤੇ ਜ਼ਰਾ ਜ਼ਿਹਨ ਚ ਇਹ ਸੋਚ ਵੀ ਜੇ ਉਹਨਾਂ ਦੇ ਇੱਕ ਬੰਬ ਚੱਲ ਗਏ ਤੇ ਦਵਾਈ ਕਿਸ ਤਰੀਕੇ ਨਾਲ ਲਵਾਉਣੀ ਉਹਨਾਂ ਡਾਕਟਰ ਕੋਲ ਜ਼ਰਾ ਜ਼ਿਹਨ ਚ ਸੋਚ ਖੁਦਾ ਦਾ ਡਾਕਟਰ ਵੀ ਫੇ ਵੱਡਾ ਵਾਂਸ ਲੈ ਕੇ ਅੱਗੇ ਤੁੰਬਾ ਲਾ ਕੇ ਇਦਾਂ ਤੂੰ ਆਈ ਲਾਏਗਾ ਹਾਂਜੀ ਫੁੱਫੜ ਜੀ ਲੱਗ ਗਈ ਆ ਸਾਰੇ ਜ਼ਖਮਾਂ ਤੇ ਹਾਂਜੀ ਹੈ ਤੇ ਜੇ ਕਿਸੇ ਦਾ ਜ਼ਖਮ ਕਰਾ ਤੈਨੂੰ ਫਿਰ ਪ੍ਰੈਸ਼ਰ ਨਾਲ ਦਵਾਈ ਲਵਾਉਣੀ ਜਿੱਥੇ ਗੱਡੀਆਂ ਨਹੀਂ ਦਵਾਈ ਦੀਆਂ ਖੁਦਾ ਦਾ ਨਾਮ ਮੰਨ ਯਾਰ ਤੂੰ ਨਾ ਇਹੋ ਜੇ ਕੰਮ ਕਰ ਇਹ ਨਹੀਂ ਮੇਰਾ ਵੀਰਾ ਰੌਲਾ ਕਰੀਗਾ ਇਹਦੇ ਨਾਲ ਉਹ ਤੂੰ ਉਹਨਾਂ ਦੇ ਵਿਆਹ ਤੇ ਇਸਤਬਾਜ਼ੀ ਨਾ ਚਲਾ ਨਹੀਂ ਦੇਖੋ ਚਾਹ ਤਾਂ ਪੂਰੇ ਕਰਨੇ ਹੁੰਦੇ ਨਾ ਉਹ ਯਾਰ ਕਿਹੜੇ ਚਾਹ ਪੂਰੇ ਕਰਨ ਨੇ ਤੂੰ ਤੇ ਉਹਨਾਂ ਦੇ ਸਾਰੇ ਖਾਨਦਾਨ ਨੂੰ ਸਾੜ ਪਾਉਣ ਨੇ ਅਜੀਬ ਗੱਲ ਲੋਕ ਕਹਿਣ ਜਿਹੜੇ ਅਸੀਂ ਵਿਆਹਣ ਜਾਈਏ ਨਾ ਤੇ ਜਿਹੜੇ ਕੁੜੀ ਵਾਲਿਆਂ ਨੇ ਤੰਬੂ ਲਾਏ ਹੁਣ ਅਗਲੇ ਕਹਿਣ ਰਾਣੇ ਜਾਦ ਨੇ ਅਸਤਵਾਦੀ ਚਲਾਈ ਐ ਤੇ ਤੰਬੂ ਨਜ਼ਰ ਹੀ ਨਹੀਂ ਸੀ ਹੁੰਦੇ ਉੱਤੇ ਤੰਬੂ ਵੀ ਨਜ਼ਰ ਨਹੀਂ ਆਉਣਦੇ ਨਾ ਬਰਾਤ ਨਜ਼ਰ ਆਉਣਦੀ ਨਾ ਲਾੜਾ ਨਜ਼ਰ ਆਉਣ데요 ਐਦਾਂ ਦਾ ਬੰਦਾ ਲਾੜੇ ਨੂੰ ਹਾਰ ਪਤਾ ਕਿਹੜਾ ਪਾਉਂਦਾ ਹੀ ਕਿਹੜਾ ਨਿਕੇ ਨਿਕੇ ਸ਼ੁਰਲੀਆਂ ਬੰਬਾਂ ਵਾਲਾ ਇਹ ਨਹੀਂ ਕਿ ਦਸਾ ਵਾਲਾ ਪਈਆਂ ਵਾਲਾ 100 ਵਾਲਾ 500 ਵਾਲਾ ਐਦਾਂ ਦਾ ਬੰਬਾਂ ਵਾਲਾ ਹਾਰ ਪਾਉਂਦਾ ਹੀ ਸੁਭਾਨ ਲਾਉਣ ਵਾਲੇ ਸੂਡ ਪਾਉਣ ਵਾਲੇ ਬਲੱਡ ਪ੍ਰੂਫ ਜੈਕਟਾ ਪਾਉਣ ਵੀ ਕਿਤੋਂ ਵੀ ਸ਼ੁਰਲੀ ਆ ਸਕਦੀ ਗੋਲੀ ਆ ਸਕਦੀ ਓ ਯਾਰ ਜਿਹੜੇ ਵਾਜਿਆਂ ਵਾਲੇ ਨੇ ਉਹਨਾਂ ਨੇ ਪੈਸੇ ਕਿੱਦਾਂ ਫੜਨੇ ਨੇ ਹੈਲਮਟ ਪਾ ਕੇ ਬੁਲਟ ਪ੍ਰੂਫ ਜੈਕਟਾ ਪਾ ਕੇ ਹੈ ਤੇ ਫਿਰ ਦਸਤਾਨੇ ਵਾਪਟਾ ਵਾਲੇ ਵਾਲੇ ਪਾ ਕੇ ਫਿਰ ਪੈਸੇ ਫੜਨਗੇ ਕਿ ਲਾੜੇ ਦੇ ਸਿਰ ਤੋਂ ਸਾਡਾ ਹੱਥ ਨਾ ਜ਼ਖਮੀ ਹੋਵੇ ਨਹੀਂ ਉਹ ਬਾਜਿਆਂ ਵਾਲੇ ਦੇ ਜਿਹੜੇ ਬਾਜੇ ਨੇ ਉਹਨਾਂ ਦੇ ਵਿੱਚ ਵੀ ਇੱਕ ਜਿਹੜਾ ਸੇਬੇ ਵਾਲਾ ਬੰਬ ਇੱਕ ਇੱਕ ਵਿੱਚ ਰੱਖ ਦੇਣਾ ਤੇਰੀਆਂ ਖੈਰਾਂ ਤੇਰੀਆਂ ਖੈਰਾਂ ਮਸਕੀਨ ਲੋਕ ਵੀ ਮਾਰਨੇ ਨੇ ਨਾਲ ਨਾਲ ਵੀ ਉਹਨਾਂ ਦੇ ਗਲੇ ਦੀ ਵਿੱਚ ਜਾ ਕੇ ਸਿੱਧਾ ਬੰਬ ਵੱਜੇ ਤੇ ਗਲੇ 'ਚ ਮਜ਼ੀਦ ਹੋਰ ਦਰਦ ਪੈਦਾ ਹੋਵੇ ਇਹ ਜੇ ਲੱਗ ਲਗਾ ਫਿਰ ਨਾ ਜ਼ਾਲਮ ਸ਼ਖਸ ਐ ਦਰਾਜ਼ ਕੱਦ ਜ਼ਾਲਮ ਬਾਈ ਮੇਰੇ ਜਦੋਂ ਵਾਜਾ ਵਜਾਈਦਾ ਨਾ ਤੇ ਵਾਜਾ ਵਜਾਉਣ ਵਾਸਤੇ ਇੱਕ ਲੰਮਾ ਸਾਹ ਪਿਲੋ ਖਿੱਚਣਾ ਪੈਂਦਾ ਵਾ ਫੇਰ ਜੱਗ ਫੂਗ ਵੱਜਦੀ ਜਦੋਂ ਨੇ ਲੰਮਾ ਸਾਹ ਦੁਬਾਰ ਖਿੱਚਿਆ ਆਪਣੇ ਅੰਦਰ ਉਹ ਜ ਸੇਬਿਆਲਾ ਬਾਬੋਂ ਦੇ ਅੰਦਰ ਚਲੇ ਗਿਆ ਤੇ ਕੌਣ ਜ਼ਿੰਮੇਦਾਰ ਹੈ ਹੈ ਤੇ ਜੀ ਉਸ ਤੋਂ ਬਾਅਦ ਉਹਨੂੰ ਵਾਸ਼ਰੂਮ ਆ ਗਿਆ ਹਾਏ ਉਹਨੇ ਤੇ ਸਾਰਾ ਮਾਲ ਡਾ ਕੇ ਕੰਨਾਂ ਨਾ ਲਾਤਾ ਨਾ ਕਿੰਨਾ ਨੁਕਸਾਨ ਹੋਏਗਾ ਉਸ ਘਰ ਦਾ ਓਏ ਤੇ ਜੇ ਕਿਸੇ ਪੰਪ ਤੇ ਡੱਕ ਲਈ ਗੱਡੀ ਉੱਥੇ ਜੇ ਵਾਜੇ ਵਾਲੇ ਨੇ ਕਰ ਦਿੱਤਾ ਵਾਸ਼ਰੂਮ ਚ ਖੜਾ ਕੇ ਬਾਹਰ ਹੁੰਦਾ ਪਟ્રોલ ਓਏ ਉੱਥੇ ਕੌਣ ਜ਼ਿੰਮੇਦਾਰ ਆ? ਓ ਤੂੰ ਇਲਾਕਿਆਂ ਦੇ ਇਲਾਕੇ ਸਾਣ ਨੇ ਜੇ ਜੂ ਖੁਦਾ ਨਾਲ ਖਾਸ ਤੱਕ ਭੁੱਲ ਭਲੇਖੇ ਸਿਗਰਟ ਲਾ ਬੈਠਾ ਵਾਜੇ ਵਾਲਾ ਤੇ ਧੁਮਾਕਾ ਤੰਦਰ ਹੋ ਜਾਣਾ ਨਾ। ਓ ਯਾਰ ਨਾ ਵੀ ਇਹ ਕੁਛ ਹੋਵੇ ਦੁਰਮੜ ਖਾਂ ਕਿਸ ਨੂੰ ਮਿਸ ਕਾ ਲਿਆ ਜਾਂਦੀ ਵਾਜੇ ਵਾਲਿਆਂ ਚ। ਹਾਏ ਖਾਦਾ ਹੀ ਇੰਨਾ ਹੁੰਦਾ ਪਹਿਲੋਂ। ਓ ਯਾਰ ਵੀਰੇ ਇੰਜ ਨਹੀਂ ਕਰੀ। ਤੈਨੂੰ ਪਤਾ ਮਸਾਲਿਆਂ ਦਾ ਕਿੰਨਾ ਸਾੜ ਹੁੰਦਾ। ਉਹ ਮਸਾਲਿਆਂ ਨਾਲ ਵੀ ਅੰਦਰ ਅੱਗ ਲੱਗ ਸਕਦੀ ਬੰਬ ਨੂੰ ਖਾਦਾ ਪੀਤਾ ਬਹੁਤ ਕੁਝ ਹੁੰਦਾ ਨਾ ਨੇ ਜਿਹੜਾ ਬੰਦੇ ਕਹਦੇ ਹੁੰਦੇ ਯਾਰ ਮੈਂ ਰੋਟੀ ਖਾਦੀ ਸਾੜ ਪੈਣ ਤੇਜ਼ਾਬੀਅਤ ਹੋਣ ਦੀ ਸਾੜ ਪੈਣ ਆ ਹਾਂ ਅੱਗ ਲੱਗੀ ਮੇਰੇ ਅੰਦਰ ਤੇ ਜੇ ਇਸ ਤਰ੍ਹਾਂ ਹੀ ਉਹਨੇ ਬੰਬ ਬੰਦਰ ਨੰਗ ਗਿਆ ਹੈ ਤੇ ਉਹ ਫੂਕ ਅੱਗਿਆ ਮਾਰੂਗਾ ਪਿੱਛਾ ਮਾਰੂ ਜੇ ਜੀ ਬੰਬ ਬੰਦਰ ਨੰਗ ਗਿਆ ਤੇ ਬੰਬ ਖੁੱਲ ਗਿਆ ਉਹ ਸੇਬੇ ਖੁੱਲ ਗਿਆ ਤੇ ਡਾਕਟਰ ਵੀ ਤਾਂ ਪਰੇਸ਼ਾਨ ਹੋ ਜਾਏਗਾ ਨਾ ਕਿਤੇ ਅਲਟਰਾਸਾਉਂਡ ਕਰਨ ਲੱਗਿਆ ਇਹ ਤਾਂ ਕੁਦਰਤ ਦੇ ਫੈਸਲੇ ਦੇ ਖਿਲਾਫ ਕੰਮ ਹੋਣ ਦੇ ਨਹੀਂ ਨਾੜਾ ਤਾਂ ਹੁੰਦੀ ਹੀ ਨਹੀਂ ਵਿੱਚ ਆ ਜਿੱਡੇ ਟੂਟੇ ਢਿਚ ਲਈ ਫਿਰਨਾ ਉਹ ਅਲਟਰਾਸਾਉਂਡ ਕਰੇ ਉਹ ਕਹਿੰਦਾ ਉਹ ਕਵੇ ਡਾਕਟਰ ਕਵੇ ਤੇਰੇ ਮਿਹਦੇ ਦੀ ਰਸੀ ਖੁੱਲ ਗਈ ਹੈ ਐ ਦੱਸ ਹੱਕ ਕੋ ਖਦਾ ਦਾ ਖੌਫ ਖਾਏ ਇਹਦੇ ਨਾਲੇ ਤੇ ਤੂੰ ਉਹਨਾਂ ਨੂੰ ਬਖਸ਼ ਦੇ ਉਹਨਾਂ ਦੀ ਜਾਨ ਤੂੰ ਨਾ ਹੀ ਉਹਨਾਂ ਦੇ ਪੈਸੇ ਖਰਚ ਉਹ ਤੂੰ ਉਹਨਾਂ ਦਾ ਤੂੰ ਆਪਣਾ ਜਿਹੜਾ ਤੇਰੇ ਤੇ 5 ਲੱਖ ਲਾਇਆ ਤੂੰ ਉਹ ਵਾਪਸ ਦੇਣ ਨਹੀਂ ਆਇਆ ਤੂੰ ਉਹਨਾਂ ਦੇ ਕੋਲ ਕੋਈ ਇਨਤਕਾਮ ਲੈਣ ਆਇਆ ਇਨਤਕਾਮ ਕਹਿੰਦੇ ਕਿ ਇਨਤਕਾਮ 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 ਜਾ ਕੇ ਠੰਡਾ ਪਾਣੀ ਪੂਣੀ ਪੀ ਤੇ ਅਗਲ ਟਗਾੜੇ ਆਵੇ ਜਾ ਨਾ ਹਨੂ ਜਾ ਕੇ ਐਡਵਾਂਸ ਲਵੋ ਐਡਵਾਂਸ ਨਹੀਂ ਲੈਣਾ ਜਾ ਕੰਮ ਕਰ ਜਾ ਕੇ ਆਪਣਾ ਅਲਾਖਲ ਦਾ ਇਲਾਜ ਕਰਾ ਤੂੰ ਸਾਨੂੰ ਐਡਵਾਂਸ ਜਿੰਨਾ ਮਾਲ ਕਹੇਗਾ ਸੀ ਬਣਾ ਕੇ ਦੇ ਸਕਦੇ ਅਸੀਂ ਤੇਰੇ ਨਾਲ ਜੇ ਤੂੰ ਕਵੇਂ ਨਾ ਕਿ ਉੱਥੇ ਵੀ ਇੱਕ ਪਟਾਕਾ ਚਲਾਉਣਾ ਰੁਪਈਏ ਵਾਲਾ ਸੀ ਉਹ ਵੀ ਨਹੀਂ ਜਾਣਾ ਤੇਰੇ ਨਾਲ ਇੰਜ ਨਹੀਂ ਹੁੰਦਾ ਵੀਰੇ ਦੂਜੇ ਆਪ ਲੈ ਕੇ ਜਾਣੇ ਤੇ ਆਪ ਚਲਾਉਣੇ ਤੇ ਆਪ ਜੋ ਕੁਛ ਕਰਨਾ ਆਪ ਹੀ ਕਰਨਾ ਸਾਡੇ ਕੋਲ ਇਹਨਾ ਟਾਈਮ ਨਹੀਂ ਹੈਗਾ ਤੈਨੂੰ ਖੁਸ਼ ਕਰਨ ਵਾਸਤੇ ਨਾ ਮੈਂ ਇੱਕ ਦਾਬੜਾ ਜਿਹੜਾ ਆ ਘਾਰ ਦਾ ਭਰ ਕੇ ਤੇ ਨਾਲ ਨਾਲ ਇੱਕ ਮੁੰਡੇ ਦੀ ਡਿਊਟੀ ਲਾ ਦਊਗਾ ਤੇਰੇ ਨਾਲ ਨਾਲ ਲਈ ਫਰੇਗਾ ਤੇਰੇ ਮੂੰਹ ਦੇ ਆਸੇ ਪਾਸੇ ਤੇਰੀ ਤਬੀਅਤ ਖੁਸ਼ ਰਹੇਗੀ ਜ਼ਰਾ ਓ ਯਾਰ ਤਬੀਅਤ ਇਹਦੀ ਇੱਥੇ ਵੀ ਬੜੀ ਖੁਸ਼ ਆ ਮੈਂ ਅੰਦਰ ਦੋ ਬਾਲਟੀਆਂ ਤਾਜ਼ੇ ਗੱਟਰ ਦੀਆਂ ਕਢਾ ਕੇ ਰੱਖੀਆਂ ਆ ਐਡਾ ਨਾ ਤੂੰ ਸਾਨੂੰ ਲਾਲਚ ਦੇ ਅਸੀਂ ਅੱਲਾਹ ਦੇ ਹੁਕਮ ਨਾਲ ਇਸ ਕੰਮ 'ਚ ਖੁਦਕੀ ਫੀਲ ਆਪਾ ਸਾਡੇ ਕੋਲ ਆਪਦਾ ਵੱਧੂ ਮਾਲ ਪਿਆ ਹੈ ਤੂੰ ਐਡੇ ਸਾਡੇ ਤੋਂ ਸਹਾਨ ਨਾ ਕਰੀ ਜਿਹੜਾ ਤੂੰ ਸਾਡੇ ਲਈ ਦਾਬੜਾ 55000 ਰੁਪਏ ਕਿਲੋ ਗਾਰ ਲੈ ਕੇ ਆਇਆ ਸਾਡੇ ਲਈ ਜਾ ਕੰਮ ਕਰ ਆਪਣਾ ਜਾ ਕੇ ਉੱਥੇ ਤੋਂ ਉਂਝ ਤੂੰ ਨਸ਼ੇ 'ਚ ਲੱਗਣ ਡਿਆ ਹੈ ਇੱਥੋਂ ਕੱਲ ਨੂੰ ਨਾ ਸਮਾਨ ਵੀ 2-4 ਦਿਨ ਇੱਥੇ ਦੁਕਾਨ ਨਹੀਂ ਖੋਲਣੀ ਉੱਧਰ ਉਹ ਜਿਹੜੀ ਬਿਜਲੀ ਗਾਰ ਵਾਲੀ ਉਹ ਖੋਲੋ ਐਦਾਂ ਦੇ ਬੰਦੇ ਦਾ ਪਤਾ ਨਹੀਂ ਹੁੰਦਾ ਕੱਲ ਨੂੰ ਪੁਲਿਸ ਪਵਾ ਦੇ ਆਹੋ ਉੱਥੇ ਤੋਂ ਉੱਥੇ ਤੋਂ ਪਹਿਲਾਂ ਫਰਾ ਨਿਕਲ ਉੱਥੇ ਤੋਂ ਚੱਲ ਏਡਾ ਤੂੰ ਕਿਤੇ ਕਜ਼ਨਾ ਦਾ ਤੂੰ ਕਹਿਣਾ ਉਹਨੇ ਮੇਰੇ ਵਿਆਹ ਤੇ ਭਾਜੀ 5 ਲੱਖ ਰੁਪਏ ਲਾਇਆ ਤੇ ਜੇ ਬੰਡਾ ਕਿਸੇ ਵਿਆਹ ਤੇ ਜਾਵੇ 500 ਦੇ ਕੇ ਜਾਂਦੇ ਉੱਥੇ ਕੀ ਦੇਣਾ ਚਾਹੀਦਾ ਹਜ਼ਾਰ ਤੇ ਮੈਂ ਵੀ ਹੁਣ ਉੱਥੇ 10 ਓ ਚਲ ਨਿਕਲੇ ਨਿਕਲ ਇੱਥੋਂ ਨਹੀਂ ਸੌਦਾ ਤੁਹਾਡਾ ਮੇਰਾ ਬਣ ਰਿਹਾ ਓ ਤੇਰਾ ਸੌਦਾ ਕਿਸੇ ਨਾਲ ਵੀ ਨਹੀਂ ਬਣਨਾ ਓਏ ਸਮਝ ਲੱਗੀ ਆ ਕਿ ਨਹੀਂ ਭਾਜੀ ਫੜੋ ਤਲਵਾਰ ਨਿਕਲ ਇੱਥੋਂ ਇਹਦੇ ਮਾਰ ਇਹਦੇ ਪਟਾਕੇ ਇੱਥੇ ਇਧਰ ਆ ਤੇ ਮੈਂ ਦਵਾ ਪੰਪ ਚਲਾ ਕੇ ਦਵਾਂ ਹੈ ਓਰੇ ਤੇਰਾ ਤਾਂ ਵੱਡਾ ਪੰਪ ਛੱਡਾਂ ਜਿੱਥੇ ਫੁੱਫੜ ਦੇ ਬੰਬ ਰੱਖਣਾ ਮੈਂ ਤੇਰੇ ਨਾਲ ਰੱਖਾ ਪਹਿਲਾਂ ਤੇਰੇ ਰੱਖਾਂ ਐਂਦਾ ਤੂੰ ਕਿਤੇ ਕਾਰੀਗਰ ਖਲੋ ਇੱਥੇ ਤੈਨੂੰ ਮੈਂ ਦੱਸਾਂ ਪਤਾ ਹੈ ਖਪਾ ਮਾਰਿਆ ਨੇ ਫੜ ਗਿਆ ਇਹਨੂੰ ਉਹ ਮਾਰਿਆ ਬਈ ਉਹ ਮੜ ਗਿਆ ਓ ਰਿਆ ਮਾਰ ਉਹ ਮੰਜ ਨੇ ਤਾਜ਼ਾ ਗੋਇਆ ਕੀਤਾ ਫੰਗ ਓ ਇੱਧਰ ਆ ਇੱਧਰ ਆ ਤੂੰ ਓਏ ਓਏ ਖੋਲਣਾ ਪੈਣਾ ਉੱਚ ਸਾਲ ਐ ਸਾ ਬੈਕਸਾਲ ਐ ਬੈਕਸਾਲ ਹਾਂ 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 ਤੇਰਾ ਭਲਾ ਤੇਰਾ ਭਲਾ ਜੇ ਮੱਖੀਏ ਜੀ ਅੱਜ ਮੱਜ ਤਾਇਆ ਗੋਇਆ ਨਾ ਨਾ ਕਰਦੀ ਤੇ ਅੱਜ ਮਮ ਵੀ ਨਹੀਂ ਸੀ ਹੋਣਾ ਯਾਰ ਇੱਥੇ ਤੇਰੇ ਵਰਗਾ ਯਾਰ ਅੱਲਾ ਹਰ ਇੱਕ ਨੂੰ ਦਵੇ ਤਬੀਅਤ ਤੇ ਜੇ ਪੂਰੀ ਨਹੀਂ ਸਹੀ ਓਏ ਹਾਂ ਖਲੋ ਯਾਰ ਤੇਰੀ ਖਲੋ ਇੱਥੇ